22 सितंबर को कांग्रेस की ओर से भारतीय जनता पार्टी के अध्यक्ष अश्विनी शर्मा के घर का घेराव किया जाएगा, जिसमें वो किसानों के साथ हो रहे अन्याय के चलते केंद्र सरकार को अपना निर्णय वापस लेने के लिए मांग उठाएंगे। कल मंगलवार वाले दिन पठानकोट अश्विनी शर्मा के घर का घेराव किया जाएगा और उन्हें सवाल पूछा जाएगा, जड़ा किसान विरोधी बिल मोदी जी ने पास किया है उसके बारे ਤੁਹਾਡਾ ਔਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ। ਲੋਕਾਂ ਨੂੰ ਇਹਨਾਂ ਨੇ ਪਹਿਲੋਂ LIC, BCPL, ਏਅਰਵੇਜ਼, ਕਈ ਸਿਸਟਮ ਰੇਲਵੇਜ਼ ਸਾਰਿਆਂ ਨੂੰ ਵੇਚਣ ਦੀ ਇਹਨਾਂ ਨੀਤੀ ਅਪਣਾਈ ਹੈ। ਜਿਹੜੀ ਅਗਲੀ ਨੀਤੀ ਹੈ ਇਹਦੀ ਕਿਸਾਨ ਮਾਰੂ ਨੀਤੀ ਹੈ ਔਰ ਆੜ੍ਹਤੀ ਮਾਰੂ ਨੀਤੀ ਹੈ। ਇਹ ਲੋਕ ਸਾਰੇ ਕਮਲੇ ਭੁੱਖੇ ਕਰਦੇ ਨੇ ਇਸ ਮੋਦੀ ਨੇ। ਲੋਕਾਂ ਨੂੰ ਸੋਚੋ, ਜਿਹੜਾ ਆਪਾਂ ਮੋਦੀ ਲਿਆਂਦਾ ਇਹ ਘਰ ਘਰ ਹੀ ਇਹਨਾਂ ਨੇ ਕੰਗਾਲ ਕਰ ਦੇਣਾ ਲੋਕਾਂ ਨੂੰ। ਜਿਹੜੀ ਆਮ ਨੀਤੀ ਹੈ ਲੋਕਾਂ ਦੇ ਹਿੱਤ ਵਿੱਚ ਆਉਂਦੇ, ਲੋਕ ਇੰਨੀਆਂ ਚੀਕਾਂ ਨਾ ਮਾਰ। ਇਹਦੀ ਸਹਿਯੋਗੀ ਪਾਰਟੀ ਅਕਾਲੀ ਦਲ ਹਰਸਿਮਰਤ ਬਾਦਲ ਨੇ ਅਸਤੀਫਾ ਤਾਂ ਹੀ ਦਿੱਤਾ ਨਾ, ਪਰ ਮੇਰਾ ਹਰਸਿਮਰਤ ਬਾਦਲ ਨਾਲ ਕੋਈ ਮੇਰੀ ਉਹਨਾਂ ਹਮਦਰਦੀ ਨਹੀਂ ਹੈ। ਇਹਨਾਂ ਦੋ ਉਹਨੂੰ ਵੀ ਸਮਝ ਆ ਕਿ ਇਹ ਕਿਸਾਨ ਵਿਰੋਧੀ ਸਿਸਟਮ ਹੈ ਸਾਰਾ। ਕੱਲ੍ਹ ਦਾ ਜਿਹੜਾ ਦਿਨ ਹੈ ਪਿਛਲੇ ਕੱਲ੍ਹ, ਉਹ ਇਤਿਹਾਸ ਵਿੱਚ ਇੱਕ ਕਾਲੇ ਅਧਿਆਇ ਦੇ ਰੂਪ ਵਿੱਚ ਲਿਖਿਆ ਜਾਏਗਾ। ਕਿਸਾਨ ਵਿਰੋਧੀ ਜਿਹੜਾ ਕੱਲ੍ਹ ਬਿੱਲ ਹੈ ਉਹ ਰਾਜ ਸਭਾ 'ਚ ਪਾਸ ਹੋਇਆ, ਉਹਦੇ ਨਾਲ ਜਿਹੜਾ ਸਾਡਾ ਦੇਸ਼ ਦਾ ਹੋਰ ਪੰਜਾਬ ਦਾ ਹਰਿਆਣੇ ਦਾ ਪੂਰੇ ਦੇਸ਼ ਦਾ ਜਿਹੜਾ ਅੰਨਦਾਤਾ ਸੀ ਕਿਸਾਨ, ਉਹਦਾ ਜਿਹੜਾ ਕਾਣ ਕੀਤਾ ਗਿਆ। ਜਿਹੜੀ ਇਹ ਕਾਲਾ ਕਾਨੂੰਨ ਜਿਹੜਾ ਇਹ ਬਣਾਇਆ ਗਿਆ ਇਹ ਕਿਸਾਨ ਦੇ ਵਿਰੋਧੀ ਹੈ। ਇਹਦੇ ਨਾਲ ਕਿਸਾਨਾਂ ਦੀ ਜੋ ਕਿਸਾਨ ਮਾਰੂ ਨੀਤੀ ਮੋਦੀ ਸਰਕਾਰ ਅਪਣਾ ਰਹੀ ਹੈ, ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥ ਵਿੱਚ ਪਹਿਲੇ ਤਾਂ ਇਹਨਾਂ ਨੇ ਰੇਲਾਂ, ਏਅਰਵੇਜ਼ ਜੋ ਫੈਕਟਰੀਆਂ ਸਾਰੀਆਂ ਉਹਦੇ ਹੱਥਾਂ 'ਚ ਦੇਤੀਆਂ ਸੀ। ਇੱਕ ਸਿਰਫ ਉਹਨਾਂ ਨੂੰ ਇੱਕ ਕਿਸਾਨ ਦੀ ਅੱਖਾਂ 'ਚ ਰੜਕਦਾ ਸੀ। ਕੱਲ੍ਹ ਉਹਨਾਂ ਨੇ ਇਹ ਕਾਲਾ ਕਾਨੂੰਨ ਬਣਾ ਕੇ ਕਿਸਾਨ ਨੂੰ ਵੀ ਮਾਰ ਦਿੱਤਾ। ਸੋ ਇਸੇ ਕਾਨੂੰਨ ਨੂੰ ਜੋ ਇਹਨਾਂ ਕਾਨੂੰਨ ਲਾਗੂ ਕੀਤਾ, ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਇਹ ਡਿਸਾਈਡ ਕੀਤਾ, ਸਾਰੇ ਆਪਣੇ ਕਿਸਾਨ ਵੀਰਾਂ ਨਾਲ ਕੱਲ੍ਹ ਮਿਲ ਕੇ, ਜਿਹੜਾ ਇੱਥੋਂ ਦਾ ਪੰਜਾਬ ਦਾ ਪ੍ਰਧਾਨ ਹੈ ਅਸ਼ਵਨੀ ਸ਼ਰਮਾ, ਉਹਦੀ ਕੋਠੀ ਦਾ ਆਪਾਂ 11 ਵਜੇ ਘਰਾਓ ਕਰਾਂਗੇ। ਹੋਰ ਆਪਾਂ ਉਹਨਾਂ ਨੂੰ ਇੱਕ ਪੁੱਛਾਂਗੇ ਗੱਲ ਨੂੰ ਵੀ ਤੁਹਾਡਾ ਇਸ ਮੈਟਰ 'ਤੇ ਕੀ ਸਟੈਂਡ ਹੈ, ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਹੋ ਜਾਂ ਜਿਹੜੇ ਸੈਂਟਰ 'ਚ ਜਾਂ ਦੇਸ਼ ਦੇ ਵਿੱਚ ਚੰਦ ਸ਼ਾਹੂਕਾਰ ਜਿਹੜੇ ਘਰਾਣੇ ਨਾਲ ਉਹਦੇ ਨਾਲ ਹੋ। ਅਸੀਂ ਕੱਲ੍ਹ ਉਹਦੇ ਕੋਲ ਜਾ ਕੇ ਉਹਦੀ ਕੋਠੀ 'ਚ ਸਵਾਲ ਜਵਾਬ ਜ਼ਰੂਰ ਪੁੱਛਾਂਗੇ। ਦੂਜਾ ਆਪਾਂ ਇੱਕ ਹੋਰ ਗੱਲ ਪੁੱਛਾਂਗੇ ਵੀ ਜਿਹੜਾ ਇੱਥੋਂ ਦਾ MP ਸੰਨੀ ਦਿਓਲ, ਲੋਕਾਂ ਨੇ ਕਿਸਾਨਾਂ ਨੇ ਬੜੇ ਚਾਮ ਨਾਰਾਂ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਸੀ, ਉਸ ਬੰਦੇ ਦਾ ਜੋ ਉਹਨਾਂ ਨੇ ਕੱਲ੍ਹ ਬਿਆਨ ਦਿੱਤੇ ਨੇ ਕਿਸਾਨਾਂ ਦੇ ਖਿਲਾਫ਼ ਜਿਹੜੀ ਉਹਨੂੰ ਵੋਟਿੰਗ ਕੀਤੀ ਆ ਉੱਥੇ, ਇਹ ਵੀ ਬੜੀ ਸ਼ਰਮਨਾਕ ਗੱਲ ਹੈ। ਆਪਾਂ ਉਹਦਾ ਸੰਨੀ ਦਿਓਲ ਦਾ ਔਰ ਤੋਮਰ ਦਾ ਔਰ ਮੋਦੀ ਸਰਕਾਰ ਦਾ ਆਪਾਂ ਕੱਲ੍ਹ ਅਸ਼ਵਨੀ ਸ਼ਰਮੇ ਦੇ ਘਰ ਦੇ ਬਾਹਰ ਨਾਲ ਪੁਤਲਾ ਫੂਕਾਂਗੇ ਅਤੇ ਨਾਲ ਅਸ਼ਵਨੀ ਸ਼ਰਮੇ ਕੋਲ ਇੱਕ ਜਵਾਬ ਮੰਗਾਂਗੇ ਵੀ ਉਹ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਹੈ ਕਿ ਜਾਂ ਜਿਹੜੇ ਦੇਸ਼ ਦੇ ਵੱਡੇ ਵੱਡੇ ਘਰਾਣੇ ਨੇ ਸ਼ਾਹੂਕਾਰ ਹੈ ਉਹਦੇ ਨਾਲ ਹੈ।